ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ ਬਟਾਲਾ ਪੁਲਿਸ ਅਧੀਨ ਪਿੰਡ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦਾ ਪਿੰਡ ਹਰੂਵਾਲ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ 15 ਕਿਲੋ ਹੀਰੋਇਨ ਸਮੇਤ ਕਾਬੂ ਕੀਤਾ ਹੈ। ਇਹਨਾਂ ਨੂੰ ਬਟਾਲਾ ਕੋਲ ਪੇਸ਼ ਕੀਤਾ ਗਿਆ। ਫੜੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਪਿੰਦਰ ਸਿੰਘ ਪਿੰਡਾ, ਨਰਿੰਦਰ ਸਿੰਘ ਤੇ ਰਣਜੋਤ ਸਿੰਘ ਵਾਸੀ ਹਰੂਵਾਲ ਵਜੋਂ ਹੋਈ ਹੈ। ਇਹਨਾਂ ਤਿੰਨਾਂ ਦੇ ਪਾਕਿਸਤਾਨ ਤਸਕਰਾਂ ਨਾਲ ਪੁਰਾਣੇ ਸੰਬੰਧ ਦੱਸੇ ਜਾ ਰਹੇ ਹਨ। ਸਪੈਸ਼ਲ ਆਪਰੇਸ਼ਨ ਸੈੱਲ ਦੇ ਇੰਚਾਰਜ ਇੰਦਰਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪਿੰਡੂ ਹਰੂਵਾਲ ਜੋ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਹੈ, ਉੱਥੇ ਇਹਨਾਂ ਤਿੰਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ 15 ਕਿਲੋ ਹੀਰੋਇਨ ਬਰਾਮਦ ਕੀਤੀ ਹੈ, ਜੋ ਕਿ ਇਹਨਾਂ ਨੂੰ ਡਰੋਨ ਜ਼ਰੀਏ ਪਾਕਿਸਤਾਨ ਤੋਂ ਨਸ਼ਾ ਤਸਕਰੋਂ ਮੰਗਵਾਈ ਗਈ ਸੀ, ਜਿਹਦੀ ਅੰਤਰਰਾਸ਼ਟਰੀ ਬਾਜ਼ਾਰ 75 ਕਰੋੜ ਕੀਮਤ ਹੈ। ਇਹਨਾਂ ਨੂੰ ਬਟਾਲਾ ਕੋਲੋਂ ਪੇਸ਼ ਕੀਤਾ ਗਿਆ ਹੈ ਤੇ ਬਟਾਲਾ ਮਾਂਜੋ ਕੋਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਰਿਮਾਂਡ ਦੌਰਾਨ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਜੀ, ਮੈਂ ਇੰਸਪੈਕਟਰ ਇੰਦਰਦੀਪ ਸਿੰਘ, ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਤੇ ਥਾਂ ਦਾ ਆਪਰੇਸ਼ਨ ਟੀਮ ਦੇ ਵਿੱਚ। ਤਿੰਨ ਜਿਹੜੇ ਮੁਜਰਮ ਸੀ ਤੇ ਕੀ ਨਾਂ ਇਹਨਾਂ ਦੇ, ਕਿੱਥੋਂ ਦੇ ਰਹਿਣ ਵਾਲੇ ਨੇ, ਕਿਵੇਂ ਇਹਨਾਂ ਨੂੰ ਅਰੈਸਟ ਕੀਤਾ ਸੀ? ਇਹ ਡੇਰਾ ਬਾਬਾ ਨਾਨਕ ਦੇ ਲਾਗੇ ਪਿੰਡ ਪੈਂਦਾ ਜੀ, ਆਪਣੇ ਰਾਊਵਾਲ, ਇਹ ਹਰੂਵਾਲ, ਹਰੂਵਾਲ ਉੱਥੋਂ ਦੇ ਤਿੰਨੇ ਰਹਿਣ ਵਾਲੇ ਆ। ਇਹ ਜਿਹੜਾ ਪਿੰਡ ਹੈ ਬਿਲਕੁਲ ਹੀ ਤਾਰਬੰਦੀ ਤੋਂ 1-1.5 ਕਿਲੋਮੀਟਰ ਦੇ ਵਿੱਚ ਆ। ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੋਂ ਦੇ ਤਿੰਨ ਮੁੰਡੇ ਆ, ਆਪਣੇ ਗੁਰਪਿੰਦਰ ਸਿੰਘ ਪਿੱਤਾ ਅਤੇ ਉਸਦੇ ਨਾਲ ਇੱਕ ਰਣਜੋਤ ਸਿੰਘ ਯੋਧਾ ਅਤੇ ਨਰਿੰਦਰ ਸਿੰਘ, ਅਤੇ ਉਹਨਾਂ ਨੇ ਕੋਈ ਵੱਡੀ ਕੰਸਾਈਨਮੈਂਟ ਜਿਹੜੀ ਆ ਉਹ ਪਾਕਿਸਤਾਨ ਸਮੱਗਲਰਾਂ ਨਾਲ ਸੰਪਰਕ ਕਰਕੇ ਅਤੇ ਮੰਗਵਾ ਲਈ ਹੈ ਜੀ। ਉਸ ਇਨਫੋਰਮੇਸ਼ਨ ਬਾਅਦ ਅਤੇ ਇਹਨਾਂ ਦੀ ਅਸੀਂ ਆਪਣਾ ਜਦੋਂ ਉੱਥੇ ਜਾ ਕੇ ਇਹਨਾਂ ਨੂੰ ਅਰੈਸਟ ਕੀਤਾ, ਇਹਨਾਂ ਦੇ ਕਬਜ਼ਾ ਵਿੱਚੋਂ ਜਿਹੜੀ ਆ ਇਹ 15 ਕਿਲੋ ਹੈਰਨ ਕੰਮ ਦੇ ਵਿੱਚ। ਇਹ ਵੀ ਇੱਕੋ ਪਿੰਡ ਦੇ ਰਹਿਣ ਵਾਲੇ ਜੀ, ਡੇਰਾ ਬਾਬਾ ਨਾਨਕ ਦੇ ਲਾਗੇ ਜੀ ਪਿੰਡ। ਕਿੰਨੇ ਕਿਲੋ ਹਰੂਵਾਲ? ਹਾਂਜੀ, ਕਿੰਨੀ ਹੈਰਨ? 15 ਕਿਲੋ ਫੜੀ ਹੈ। ਇਹ ਅਜੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਫਿਲਹਾਲ ਇਹ ਪੁੱਛਗਿੱਛ ਤੇ ਜੋ ਵੀ ਸਾਹਮਣੇ ਆਊਗਾ ਆਪ ਜੀ ਨੂੰ ਦੱਸਿਆ ਜੀ। ਸਰ, ਇਕੱਲੇ ਕੰਮ ਕਰ ਰਹੇ ਸੀ ਜਾਂ ਕਿਸੇ ਗੈਂਗ ਨਾਲ ਸੰਬੰਧ ਰੱਖਦੇ? ਨਹੀਂ, ਗੈਂਗ ਨਹੀਂ, ਇਹਨਾਂ ਦੇ ਥਰੂ ਵਟਸਐਪ ਗੱਲ ਕਰ ਲੈਂਦੇ ਆ ਜੀ, ਅਤੇ ਉਸ ਤੋਂ ਬਾਅਦ ਇਹਨਾਂ ਰਾਬਤਾ ਕਾਇਮ ਕਰਕੇ ਬਾਰਡਰ ਤੇ ਪਿੰਡ ਹੋਣ ਕਰਕੇ ਇਹਨਾਂ ਨੂੰ ਆਸਾਨੀ ਦੇ ਨਾਲ। ਇਹਨਾਂ ਦੀ 75 ਕੁ ਕਰੋੜ ਜਿਹੜਾ ਅੰਤਰਰਾਸ਼ਟਰੀ ਮੰਡੀ ਦਾ ਇਹਦਾ ਜਿਹੜਾ ਰੇਟ ਦੱਸਿਆ ਜਾਂਦਾ, ਅਦਰਵਾਈਜ਼ ਇੱਥੋਂ ਦਾ ਤਾਂ ਨਹੀਂ, ਅੰਤਰਰਾਸ਼ਟਰੀ ਮੰਡੀ ਦਾ ਦੱਸ ਦਿੰਦੇ। ਅਜੇ ਅਜੇ ਅੱਗੇ ਚੱਲ ਰਹੀ ਆ, ਅਜੇ ਇਹਨਾਂ ਦਾ ਮਾਨਯੋਗ ਜੱਜ ਸਾਹਿਬ ਪਿੱਛੋਂ ਇਹਨਾਂ ਦਾ ਰਿਮਾਂਡ ਲਿਆ ਅਸੀਂ ਆਪਣੇ 3 ਦਿਨ ਦਾ। ਪਹਿਲਾਂ ਵੀ ਕਰਦੇ ਸੀ? ਨਹੀਂ, ਪਹਿਲਾਂ ਨਹੀਂ ਇਹਨਾਂ ਦੇ ਕੋਈ ਪੁੱਛਿਆ ਗਿਆ। 3 ਦਿਨ ਦਾ ਮਿਲਿਆ ਜੀ ਰਿਮਾਂਡ? 3 ਦਿਨ ਦਾ। ਹਾਂਜੀ, ਇਹਨਾਂ ਨੇ ਕਿੱਥੇ ਸਪਲਾਈ ਕਰਨੀ? ਇਹ ਸਪਲਾਈ ਅਜੇ ਚੱਲ ਰਹੀ ਆ, ਇਹਦਾ ਦੀ ਪੁੱਛਗਿੱਛ ਤੇ ਗੱਲ ਸਾਹਮਣੇ ਆਊਗੀ। ਫਿਲਹਾਲ ਤੇ ਜੇ ਆਪਾਂ ਹਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ, ਹੋਰ ਕੋਈ ਨਹੀਂ, ਨਹੀਂ ਵੈਪਨ ਵਗੈਰਾ ਕੋਈ ਨਹੀਂ ਮਿਲਿਆ। ਇਹਨਾਂ ਤੋਂ ਮੰਗਾਉਣ ਦਾ ਜ਼ਰੀਆ ਕੀ ਸੀ? ਜ਼ਰੀਆ ਅਮੀਰ ਹੋਣਾ ਜੀ, ਜਲਦੀ ਤਰ੍ਹਾਂ। ਕਿੱਦਾਂ ਮੰਗਾਉਂਦੇ ਜੀ? ਬਾਇਆ ਡਰੋਨ ਮੰਗਵਾਈ ਇਹਨਾਂ ਜੀ, ਜਿਸ ਤਰ੍ਹਾਂ ਡਰੋਨ ਦੇ ਹੁਣ ਕਾਫੀ ਮੂਵਮੈਂਟ ਦਾ ਰੌਲਾ ਪੈਂਦਾ ਰਹਿੰਦਾ ਜੀ, ਤੇ ਇਹਨਾਂ ਵੀ ਡਰੋਨ ਰਸਤੇ ਮੰਗਵਾਈ। ਕਿਹੜੇ ਕਿਹੜੇ ਤਰ੍ਹਾਂ ਦਾ? ਹਾਂਜੀ, ਇਹ NDP ਸੈਕਟਰ ਦਾ ਜੀ, 21-22 ਜੱਤੀ ਕਾਰਡ। ਥੈਂਕ ਯੂ ਸਰ, ਧੰਨਵਾਦ। ਥੈਂਕ ਯੂ।